ਕੇ ਇਸ ਨੂੰ ਮਰਵਾ ਦਿੱਤਾ ਗਿਆ। ਇੰਨਾ ਹੀ ਨਹੀਂ, ਜੋ ਜੌਨ ਦੀ ਗਰਲਫ੍ਰੈਂਡ ਸੀ ਉਹ ਐਂਟਨੀ ਲਵੀ ਦੀ ਵੀ ਉਸ ਸਮੇਂ ਗਰਲਫ੍ਰੈਂਡ ਸੀ। ਦੱਸ ਦਈਏ ਐਂਟਨੀ ਲਵੀ ਉਹ ਇਨਸਾਨ ਸੀ ਜਿਸ ਨੇ ਸ਼ੈਤਾਨ ਦੀ ਪੂਜਾ ਕਰਨ ਲਈ ਅਮੈਰੀਕਾ ਵਿੱਚ ਪਹਿਲੀ ਚਰਚ ਬਣਵਾਈ। ਇਸ ਨੇ ਬਹੁਤ ਸਾਰੀ ਸ਼ੈਤਾਨੀ ਕਿਤਾਬਾਂ ਵੀ ਲਿਖੀਆਂ। ਇਹਨਾਂ ਵੀ ਦੱਸਿਆ ਗਿਆ ਹੈ ਕਿ ਇਹ ਤਿੰਨੇ ਇਕੱਠੇ ਵੀ ਮਿਲਦੇ ਸਨ। ਜੌਨ ਐਫ ਕੈਨੇਡੀ ਦੇ ਮਰਨ ਤੋਂ ਬਾਅਦ ਉਸ ਦਾ ਮੁੰਡਾ ਵੀ ਪੋਲੀਟਿਕਸ ਵਿੱਚ ਇਨਵੋਲਵ ਹੋਣ ਲੱਗਿਆ ਅਤੇ ਉਹ ਬਹੁਤ ਹੀ ਮਸ਼ਹੂਰ ਹੋ ਗਿਆ। ਫਿਰ ਇੱਕ ਦਿਨ ਇੱਕ ਛੋਟਾ ਜਿਹਾ ਪਲੇਨ ਉੱਡਣ ਤੋਂ 5 ਮਿੰਟ ਬਾਅਦ ਹੀ ਕ੍ਰੈਸ਼ ਹੋ ਗਿਆ ਜਿਸ ਵਿੱਚ ਜੌਨ ਐਫ ਕੈਨੇਡੀ ਦਾ ਮੁੰਡਾ ਵੀ ਸੀ। ਇਸ ਦੇ ਰਿਲੇਟਡ ਮੈਂ ਅੱਗੇ ਵੀ ਤੁਹਾਨੂੰ ਇੱਕ ਗੱਲ ਦੱਸੂੰਗਾ।